ਮੈਂ ਜੀ ਕੁਲਾਰ ਹਸਪੀਟਲ ਦੇ ਬਾਰੇ ਆਪਣੇ ਦੋਸਤਾਂ ਤੋਂ ਕਾਫੀ ਸੁਣਿਆ ਸੀ। ਮੇਰੀ ਸ਼ੂਗਰ ਜਿਹੜੀ ਆ ਉਹ ਅਨਕੰਟਰੋਲਡ ਸੀ, 350 ਫਾਸਟਿੰਗ, 300 ਖਾਣਾ ਖਾਣ ਤੋਂ ਬਾਅਦ 400 450 ਵੀ ਰਹਿੰਦੀ ਸੀ। ਪਰ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਇਲਾਜ ਇੱਥੇ ਹੈਗਾ ਤਾਂ ਮੈਂ ਸਪੈਸ਼ਲ ਫਲਾਈ ਕਰਕੇ ਇੱਥੇ ਆਇਆ। ਆਈ ਮਸਟ ਸੇ ਕਿ ਡਾਕਟਰ ਕੁਲਾਰ ਹਸਪੀਟਲ ਜਿਹੜਾ ਇਹਨੇ ਮੇਰੀ ਟੇਕਿੰਗ ਜਿਹੜੀ ਉਹ ਬਹੁਤ ਵਧੀਆ ਕੀਤੀ। ਮੈਂ ਆਪਣੇ ਨਾਲ ਕਿਸੇ ਨੂੰ ਨਹੀਂ ਲੈ ਕੇ ਆਇਆ ਇੱਥੇ। ਜਿਸ ਦਿਨ ਮੈਂ ਇੱਥੇ ਐਡਮਿਟ ਹੋਇਆ ਮੇਰੀ ਬਹੁਤ ਵਧੀਆ ਇਹਨਾਂ ਨੇ ਟੇਕਿੰਗ ਕੀਤੀ। ਨੈਕਸਟ ਡੇ ਜਦੋਂ ਆਪਰੇਸ਼ਨ ਥੀਏਟਰ 'ਚ ਗਏ, ਗੱਲਾਂ ਕਰਦੇ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੇਰੀ ਸਰਜਰੀ ਹੋ ਵੀ ਗਈ। ਅਤੇ ਜਦੋਂ ਸਰਜਰੀ ਹੋਣ ਤੋਂ ਬਾਅਦ ਮੈਨੂੰ ਇਹਨਾਂ ਨੇ ਸ਼ਿਫਟ ਕੀਤਾ ਉੱਥੇ, ਜਦੋਂ ਮੇਰੀ ਅੱਖ ਖੁੱਲ੍ਹੀ 2 ਘੰਟਿਆਂ ਬਾਅਦ ਮੈਂ ਖੁਦ ਵਾਸ਼ਰੂਮ ਵਗੈਰਾ ਜਾ ਕੇ ਆਇਆ ਅਤੇ ਹੋਰ ਕਿਸੇ ਕਿਸਮ ਦੀ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਸਰਜਰੀ ਮੇਰੀ ਜਿਹੜੀ ਹੈ ਬਹੁਤ ਸਮੂਥ ਹੋ ਗਈ ਅਤੇ ਪਰਫੈਕਟ। ਮੈਂ ਕੱਲ੍ਹ ਸਵੇਰੇ ਜਦੋਂ ਸਰਜਰੀ ਤੋਂ ਬਾਅਦ ਮੈਂ ਚਾਹ ਪੀਤੀ, ਫਿਰ ਮੈਂ ਇੱਕ ਗਲਾਸ ਜੂਸ ਦਾ ਪੀਤਾ, ਲੱਸੀ ਪੀਤੀ, ਫਿਰ ਇੱਕ ਟੋਮੈਟੋ ਸੂਪ ਪੀਤਾ ਅਤੇ ਅੱਜ ਮੈਂ ਸਵੇਰ ਦਾ ਇੱਕ ਕੱਪ ਕੌਫੀ ਦਾ ਪੀਤਾ, ਇੱਕ ਲੱਸੀ ਦਾ ਇੱਕ ਗਲਾਸ ਪੀਤਾ। ਅੱਜ ਮੈਨੂੰ ਇਹ ਇੱਥੋਂ ਰਿਲੀਜ਼ ਕਰ ਰਹੇ ਨੇ। ਆਮ ਪਰਫੈਕਟਲੀ ਫਾਈਨ। ਆਈ ਮਸਟ ਸੇ ਕਿ ਥੈਂਕ ਯੂ ਸੋ ਮਚ ਡਾਕਟਰ ਕੁਲਾਰ ਹਸਪੀਟਲ। ਥੈਂਕ ਯੂ ਸੋ ਮਚ ਡਾਕਟਰ ਕੁਲਾਰ।